ਯੈਸ ਸਟੂਡੈਂਟਸ ਵੈਲਕਮ। ਪਹਿਲੇ ਦੋ ਟੋਪਿਕ ਜਿਹੜੇ ਸੀ ਮੈਥਮੈਟੀਕਲ ਲੈਬੋਰੇਟਰੀ ਦੇ ਨਾਲ ਕੀਤੇ ਆ, ਜਿਹਦੇ ਵਿੱਚ ਪਹਿਲੇ ਤੁਸੀਂ ਮੀਨਿੰਗ ਕਲੀਅਰ ਕੀਤਾ ਸੀ ਅਤੇ ਦੂਸਰੇ 'ਚ ਨੀਡ ਐਂਡ ਇੰਪੋਰਟੈਂਸ। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜੋ ਮੈਥਮੈਟੀਕਲ ਲੈਬੋਰੇਟਰੀਜ਼ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਜਿਹੜੇ ਇਕੁਇਪਮੈਂਟਸ ਨੇ ਉਹ ਰਿਕੁਆਇਰਡ ਨੇ। ਫਸਟ ਹੈ ਡਿਫਰੈਂਟ ਟਾਈਪਸ ਆਫ ਪਿਕਚਰਸ ਐਂਡ ਚਾਰਟਸ। ਸਾਨੂੰ ਮੈਥਸ ਦੇ ਨਾਲ ਰਿਲੇਟਡ ਅਲੱਗ ਅਲੱਗ ਤਰ੍ਹਾਂ ਦੇ ਪਿਕਚਰਸ ਅਤੇ ਜਿਹੜੇ ਚਾਰਟਸ ਨੇ ਉਹ ਚਾਹੀਦੇ ਨੇ। ਹੁਣ ਜੋ ਪਿਕਚਰ ਅਤੇ ਚਾਰਟ ਨੇ ਉਹ ਜਿਹੜੇ ਗ੍ਰੇਟ ਮੈਥਮੈਟੀਸ਼ੀਅਨ ਨੇ ਉਹਨਾਂ ਦੇ ਨਾਲ ਰਿਲੇਟਡ ਵੀ ਹੋ ਸਕਦੇ ਨੇ, ਕੋਈ ਜਿਹੜੇ ਫਾਰਮੂਲਾਸ ਨੇ ਜਾਂ ਮੈਥ ਨੂੰ ਰੀਪ੍ਰੈਜੈਂਟ ਕਰਨ ਵਾਲੀ ਜਿਹੜੇ ਪਿਕਚਰ ਨੇ ਅਤੇ ਚਾਰਟ ਨੇ ਉਹ ਉਹਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਸੈਕਿੰਡ ਹੈ ਮਾਡਲ, ਮੈਥ ਦੇ ਨਾਲ ਰਿਲੇਟਡ ਅਲੱਗ ਅਲੱਗ ਤਰ੍ਹਾਂ ਜਿਹੜੇ ਮਾਡਲ ਨੇ ਤਿਆਰ ਕਰਕੇ ਉਹ ਵੀ ਰੱਖੇ ਜਾਣੇ ਚਾਹੀਦੇ ਨੇ, ਤਾਂ ਜੋ ਅਸੀਂ ਬੱਚਿਆਂ ਨੂੰ ਜਿਹੜੇ ਕੰਸੈਪਟ ਕਲੀਅਰ ਕਰਾਉਣ ਦੇ ਲਈ ਇਹਨਾਂ ਮਾਡਲਸ ਦੀ ਵਰਤੋਂ ਕਰ ਸਕੀਏ। ਵੇਇੰਗ ਐਂਡ ਮੇਅਰਿੰਗ ਇੰਸਟਰੂਮੈਂਟਸ, ਹੁਣ ਜਿਨ੍ਹਾਂ ਇੰਸਟਰੂਮੈਂਟਸ ਦੇ ਨਾਲ ਅਸੀਂ ਭਾਰ ਤੋਲਣਾ ਹੈ ਅਤੇ ਅਸੀਂ ਮੇਜਰਮੈਂਟ ਕਰਨੀ ਹੈ ਉਹ ਇੰਸਟਰੂਮੈਂਟਸ ਵੀ ਹੋਣੇ ਜ਼ਰੂਰੀ ਨੇ। ਡਰਾਇੰਗ ਇੰਸਟਰੂਮੈਂਟਸ, ਡਰਾਇੰਗ ਵਾਲੇ ਇੰਸਟਰੂਮੈਂਟਸ ਵੀ ਹੋਣੇ ਚਾਹੀਦੇ ਨੇ, ਕਿਉਂਕਿ ਇਹਦੇ 'ਚ ਅਸੀਂ ਬੱਚੇ ਨੂੰ ਜੇਕਰ ਕੁਛ ਮੇਜਰਿੰਗ ਕਰਕੇ ਦਿਖਾ ਰਹੇ ਹਾਂ, ਇੰਚਸ ਦੇ ਵਿੱਚ ਦੱਸ ਰਹੇ ਹਾਂ, ਤਾਂ ਸਾਡੇ ਕੋਲ ਕੋਈ ਜਿੱਦਾਂ ਕਿ ਸਕੇਲ ਵਗੈਰਾ ਅਤੇ ਸਾਡੇ ਕੋਲ ਡੀ, ਉਹ ਸਾਰਾ ਜਿਹੜਾ ਮਟੀਰੀਅਲ ਹੋਣਾ ਚਾਹੀਦਾ, ਤਾਂ ਜਿਹਦੇ ਨਾਲ ਅਸੀਂ ਪ੍ਰੋਪਰ ਜਿਹੜੇ ਇੰਸਟਰੂਮੈਂਟਸ ਨੇ ਉਹਦੇ ਨਾਲ ਡਰਾਇੰਗ ਅਸੀਂ ਕਰਕੇ ਦਿਖਾ ਸਕੀਏ, ਬੱਚਿਆਂ ਨੂੰ ਡਰਾ ਕਰਕੇ ਦਿਖਾ ਸਕੀਏ। ਦ ਯੂਜ਼ਫੁੱਲ ਮਟੀਰੀਅਲ ਕੰਸਰਨਿੰਗ ਅਦਰ ਸਬਜੈਕਟਸ, ਕੁਛ ਹੋਰ ਸਬਜੈਕਟਸ ਦੇ ਨਾਲ ਵੀ ਰਿਲੇਟਡ ਜਿਹੜਾ ਮਟੀਰੀਅਲ ਆ ਉਹ ਵੀ ਇੱਥੇ ਅਵੇਲੇਬਲ ਹੋਣਾ ਜ਼ਰੂਰੀ ਹੈ, ਕਿਉਂਕਿ ਮੈਥ ਨੂੰ ਅਸੀਂ ਨੇ ਦੂਸਰੇ ਸਬਜੈਕਟਸ ਦੇ ਨਾਲ ਕੋਰਲੇਟ ਕਰਕੇ ਪੜ੍ਹਾਉਣਾ ਹੈ, ਇਸ ਕਰਕੇ ਸਾਨੂੰ ਜਿਹੜੇ ਦੂਸਰੇ ਸਬਜੈਕਟਸ ਨੇ ਉਹਨਾਂ ਨਾਲ ਰਿਲੇਟਡ ਵੀ ਥੋੜ੍ਹਾ ਬਹੁਤ ਮਟੀਰੀਅਲ ਉੱਥੇ ਰੱਖਣਾ ਚਾਹੀਦਾ ਹੈ। ਸਰਵੇਇੰਗ ਇੰਸਟਰੂਮੈਂਟਸ, ਫਿਰ ਜਿਹੜੇ ਸਰਵੇ ਕਰਨ ਵਾਲੇ ਇੰਸਟਰੂਮੈਂਟਸ ਹੁੰਦੇ ਨੇ ਕਿਸ ਤਰੀਕੇ ਨਾਲ ਕਰਨਾ, ਉਹ ਵੀ ਸਾਡੇ ਕੋਲ ਹੋਣੇ ਚਾਹੀਦੇ ਨੇ, ਤਾਂ ਜੋ ਅਸੀਂ ਬੱਚਿਆਂ ਨੂੰ ਦਿਖਾ ਸਕੀਏ ਕਿ ਜਿਹੜਾ ਕੋਈ ਵੀ ਸਰਵੇ ਕੀਤਾ ਜਾਂਦਾ, ਸਰਵੇਖਣ ਕੀਤਾ ਜਾਂਦਾ, ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਕਿਹੜੀਆਂ ਜਿਹੜੀਆਂ ਟੈਕਨੀਕਸ ਨੇ ਉਹ ਸਰਵੇ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਨੇ। ਨੈਕਸਟ ਹੈ ਫਰਨੀਚਰ, ਫਰਨੀਚਰ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਨੇ ਬੈਠਣਾ ਹੈ ਪ੍ਰੋਪਰ, ਉਹਨਾਂ ਦੇ ਬੈਠਣ ਦੇ ਲਈ ਟੀਚਰ ਨੇ ਖੜ੍ਹਨਾ ਹੈ ਭਾਵੇਂ ਬੈਠ ਕੇ ਕਰਾਉਣਾ ਹੈ, ਪ੍ਰੋਪਰ ਟੇਬਲ ਵਗੈਰਾ ਸਾਰਾ ਕੁਛ ਉੱਥੇ ਸਹੀ ਅਰੇਂਜਮੈਂਟ ਹੋਣਾ ਚਾਹੀਦਾ ਫਰਨੀਚਰ ਦਾ। ਜਿੱਥੇ ਜਿੱਥੇ ਜਿਹੜਾ ਕੋਈ ਵੀ ਇਕੁਇਪਮੈਂਟਸ ਨੇ ਉਹ ਰੱਖਣ ਦੇ ਲਈ ਵੀ ਸਾਨੂੰ ਪ੍ਰੋਪਰ ਅਲਮੀਰਾਸ ਵਗੈਰਾ ਜਾਂ ਜੇਕਰ ਵੱਡੇ ਟੇਬਲ ਨੇ ਉਹ ਹੋਣੇ ਚਾਹੀਦੇ ਨੇ। ਨੈਕਸਟ ਹੈ ਬੁਲੇਟਿਨ ਐਂਡ ਡਿਸਪਲੇ ਬੋਰਡਸ, ਫਿਰ ਜਿਹੜੇ ਬੁਲੇਟਿਨ ਅਤੇ ਡਿਸਪਲੇ ਬੋਰਡ ਨੇ ਉਹ ਵੀ ਉੱਥੇ ਹੋਣੇ ਚਾਹੀਦੇ ਨੇ, ਤਾਂ ਜੋ ਅਸੀਂ ਮੈਥਮੈਟਿਕਸ ਦੇ ਨਾਲ ਰਿਲੇਟਡ ਜਿਹੜੀਆਂ ਕੋਈ ਛੋਟੀਆਂ ਪਿਕਚਰਸ ਨੇ, ਚਾਰਟਸ ਨੇ ਜਾਂ ਕੋਈ ਨਿਊਜ਼ਪੇਪਰ ਦੇ ਵਿੱਚ ਕੋਈ ਵੀ ਕਟਿੰਗ ਆਈ ਸੀ ਅਸੀਂ ਉਹਨੂੰ ਉੱਥੇ ਡਿਸਪਲੇ ਕਰ ਸਕੀਏ, ਬਲੈਕ ਬੋਰਡ ਔਰ ਵਾਈਟ ਬੋਰਡ। ਜੇਕਰ ਟੀਚਰ ਨੇ ਮੈਥਮੈਟੀਕਲ ਲੈਬੋਰੇਟਰੀ ਦੇ ਵਿੱਚ ਕੁਛ ਸਮਝਾਉਣਾ ਹੈ, ਮੀਨਸ ਬੋਰਡ 'ਤੇ ਕਰਕੇ ਦਿਖਾਉਣਾ ਹੈ, ਤਾਂ ਉਹਦੇ ਲਈ ਬਲੈਕ ਬੋਰਡ ਜਾਂ ਵਾਈਟ ਬੋਰਡ ਵੀ ਹੋਣਾ ਜ਼ਰੂਰੀ ਹੈ, ਤਾਂ ਜੋ ਜਿਹੜਾ ਟੀਚਰ ਹੈ ਉੱਥੇ ਉਹਨੂੰ ਯੂਜ਼ ਕਰਕੇ ਬੱਚਿਆਂ ਨੂੰ ਜਿਹੜਾ ਸਹੀ ਤਰੀਕੇ ਨਾਲ ਕੰਸੈਪਟ ਕਲੀਅਰ ਕਰਵਾ ਸਕੇ। ਨੈਕਸਟ ਹੈ ਕੰਕਰੀਟ ਮਟੀਰੀਅਲ, ਕੰਕਰੀਟ ਮੀਨਸ ਸਥੂਲ, ਜਿਹੜਾ ਸਥੂਲ ਮਟੀਰੀਅਲ ਆ ਉਹ ਵੀ ਹੋਣਾ ਜ਼ਰੂਰੀ ਹੈ। ਇਸ ਕੰਕਰੀਟ ਮਟੀਰੀਅਲ ਦੀ ਹੈਲਪ ਦੇ ਨਾਲ ਅਸੀਂ ਜਿਹੜੇ ਕੰਸੈਪਟਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕਲੀਅਰ ਕਰ ਸਕਦੇ ਹਾਂ। ਅਦਰ ਯੂਜ਼ਫੁੱਲ ਮਟੀਰੀਅਲ, ਜਿਹੜਾ ਹੋਰ ਮਟੀਰੀਅਲ ਹੈ ਜਿਵੇਂ ਕਿ ਕੋਈ ਸਾਨੂੰ ਸਕੇਲ ਚਾਹੀਦਾ, ਇੰਚੀ ਟੇਪ ਚਾਹੀਦੀ ਹੈ ਜਾਂ ਕੋਈ ਜਿਓਮੈਟਰੀ ਦੇ ਨਾਲ ਰਿਲੇਟਡ ਸਾਨੂੰ ਮਟੀਰੀਅਲ ਰਿਕੁਆਇਰਡ ਹੈ, ਉਹ ਸਾਰਾ ਉੱਥੇ ਹੋਣਾ ਚਾਹੀਦਾ ਹੈ। ਫਿਰ ਜੇ ਅਸੀਂ ਕੋਈ ਕੰਸੈਪਟ ਕਿਸੇ ਵੀ ਟੋਪਿਕ ਨਾਲ ਕਲੀਅਰ ਕਰਾਉਣਾ, ਭਾਵੇਂ ਅਲਜਬਰਾ ਹੈ, ਟ੍ਰਿਗਨੋਮੈਟਰੀ ਹੈ, ਜਿਓਮੈਟਰੀ ਹੈ, ਤਾਂ ਉਹਨਾਂ ਨਾਲ ਰਿਲੇਟਡ ਸਾਨੂੰ ਮਟੀਰੀਅਲ ਦੀ ਉੱਥੇ ਜ਼ਰੂਰਤ ਪੈਂਦੀ ਹੈ। ਨੈਕਸਟ ਸਮ ਅਦਰ ਮਾਡਰਨ ਇਕੁਇਪਮੈਂਟਸ, ਸਾਨੂੰ ਜਿਹੜੇ ਮਾਡਰਨ ਇਕੁਇਪਮੈਂਟਸ ਨੇ ਉਹ ਵੀ ਚਾਹੀਦੇ ਨੇ, ਜਿਵੇਂ ਕਿ ਅਸੀਂ ਇਹਦੇ ਵਿੱਚ OHP ਵਗੈਰਾ ਯੂਜ਼ ਕਰ ਸਕਦੇ ਹਾਂ, ਓਵਰਹੈੱਡ ਪ੍ਰੋਜੈਕਟਰ ਆ ਗਿਆ, ਅਤੇ ਇਹਨਾਂ ਨਾਲ ਕੀ ਹੋਏਗਾ ਕਿਉਂਕਿ ਮਾਡਰਨ ਇਕੁਇਪਮੈਂਟਸ ਨੇ, ਅਸੀਂ ਜਿਹੜਾ ਕੋਈ ਵੀ ਮੰਨ ਲਓ ਕੁਛ ਦਿਖਾਉਣਾ ਹੈ ਬੱਚਿਆਂ ਨੂੰ ਵੱਡੀ ਸਕਰੀਨ 'ਤੇ ਉਹ ਸ਼ੋਅ ਕਰਕੇ ਦਿਖਾ ਸਕਦੇ ਹਾਂ OHP ਨੂੰ ਯੂਜ਼ ਕਰਕੇ। OHP ਮੀਨਸ ਓਵਰਹੈੱਡ ਪ੍ਰੋਜੈਕਟਰ। ਬਾਕੀ ਇਹਦੇ ਵਿੱਚ ਰੇਡੀਓ ਵਗੈਰਾ,
ਟੈਲੀਵਿਜ਼ਨ, ਇਹ ਚੀਜ਼ਾਂ ਵੀ ਆਉਂਦੀਆਂ ਨੇ। ਨੈਕਸਟ ਹੈ ਆਡੀਓ ਵਿਜ਼ੂਅਲ ਏਡਸ। ਆਡੀਓ ਵਿਜ਼ੂਅਲ ਏਡਸ ਵੀ ਹੋਣੇ ਜ਼ਰੂਰੀ ਨੇ, ਮੀਨਸ ਜਿਨ੍ਹਾਂ ਨੂੰ ਅਸੀਂ ਦੇਖ ਵੀ ਸਕਦੇ ਹਾਂ, ਸੁਣ ਵੀ ਸਕਦੇ ਹਾਂ ਅਤੇ ਇਕੱਲਾ ਦੇਖ ਵੀ ਸਕਦੇ ਹਾਂ ਜਾਂ ਇਕੱਲਾ ਸੁਣ ਵੀ ਸਕਦੇ ਹਾਂ, ਜਿਵੇਂ ਕਿ ਟੇਪ ਰਿਕਾਰਡਰ ਹੋ ਗਿਆ, ਰੇਡੀਓ, ਟੈਲੀਵਿਜ਼ਨ, ਸਾਡੇ ਕੋਲ ਕੋਈ ਹੋਰ ਆਡੀਓ ਵਿਜ਼ੂਅਲ ਏਡਸ ਨਾਲ ਰਿਲੇਟਡ ਕੋਈ ਕੈਸੈਟਸ ਵਗੈਰਾ ਜਾਂ ਕੋਈ ਸੀਡੀਜ਼ ਨੇ, ਉਹ ਵੀ ਹੋਣੀਆਂ ਜ਼ਰੂਰੀ ਨੇ। ਨੈਕਸਟ ਹੈ ਵਰਕਿੰਗ ਮਾਡਲ, ਵਰਕਿੰਗ ਮਟੀਰੀਅਲ, ਕੋਈ ਜੋ ਅਸੀਂ ਐਕਟੀਵਿਟੀ ਉਹਦੇ ਕਰਕੇ ਦਿਖਾ ਸਕੀਏ, ਮੀਨਸ ਵਰਕਿੰਗ ਐਕਚੁਅਲ ਜਿਹੜਾ ਨਾਲ ਦੀ ਨਾਲ ਹੀ ਰਿਜ਼ਲਟ ਦਿੰਦਾ ਹੋਵੇ, ਉਹ ਵੀ ਹੋਣਾ ਜ਼ਰੂਰੀ ਹੈ। ਕਿਉਂਕਿ ਇਹਦੇ ਨਾਲ ਜਿਹੜੀ ਇਹ ਸਾਰਾ ਜੋ ਮਟੀਰੀਅਲ ਅਸੀਂ ਇੱਥੇ ਡਿਸਕਸ ਕੀਤਾ, ਇਕੁਇਪਮੈਂਟਸ ਬਾਰੇ ਡਿਸਕਸ ਕੀਤਾ, ਇਹ ਇੱਕ ਮੈਥਮੈਟੀਕਲ ਲਾਇਬ੍ਰੇਰੀ ਦੀ ਹੋਂਦ ਦੇ ਲਈ ਬਹੁਤ ਹੀ ਜ਼ਰੂਰੀ ਹੈ। ਡੀਅਰ ਸਟੂਡੈਂਟਸ, ਮੈਂ ਉਮੀਦ ਕਰ ਰਹੀ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਏਗੀ। ਥੈਂਕਸ ਫੋਰ ਵਾਚਿੰਗ।